ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਕਮਲਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਤੁਹਾਨੂੰ ਦੋ ਸੂਈਆਂ ਗਾਵਾਂ ਅਤੇ ਸੂਈ ਝੋਟੀ ਤੁਹਾਨੂੰ ਦਿਖਾਉਣੀ ਆ, ਅਤੇ ਛੋਟੇ ਛੋਟੇ ਰੇਟ ਹੀ ਅੱਜ ਜਿਹੜੇ ਤੁਹਾਨੂੰ ਦਿਖਾਵਾਂਗੇ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਤੇ ਅੱਜ ਤਿੰਨ? ਹਾਂਜੀ ਹਾਂਜੀ, ਤਿੰਨ ਕਹੀ। ਚਲੋ ਨਾਮ ਦੱਸ ਦਿਓ ਕਰੀ ਫਿਰ ਆਪਾਂ। ਨਾਮ ਕਮਲ ਜੀ, ਪਿੰਡ ਭਗਵਾਨਪੁਰ, ਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਵੀ ਬੋਲ ਦਿਓ। 9195967484 ਨੰਬਰ ਹੈ ਇੱਥੇ, ਵਟਸਐਪ ਚੱਲ। ਠੀਕ ਹੈ ਜੀ। ਤੇ ਅੱਜ ਫਿਰ ਦੋ ਵੈੜਾਂ ਤੇ ਇੱਕ ਝੋਟੀ, ਹੈ ਨਾ? ਵੈੜਾ ਸੁਣਿਆ, ਇੱਕ ਝੋਟੀ। ਚਲੋ ਪਹਿਲਾਂ ਝੋਟੀ ਵਿਖਾ ਦਈਏ ਨਾ। ਤੇ ਕਿੰਨਾ ਕੁ ਚਿਰ ਹੋ ਗਿਆ ਇਹਨਾਂ ਸੂਈ ਨੂੰ? ਇਹਨੂੰ ਸੂਈ ਨੂੰ ਵੀ 10 ਕਿ ਦਿਨ ਹੋ ਗਏ। 10 ਦਿਨ ਹੋ ਗਏ ਆ। 8 ਕਿਲੋ ਦੁੱਧ ਆ। ਠੀਕ ਆ। ਇਹ ਨਹੀਂ ਵੀ ਕੋਈ ਟਾਈਮ ਲੱਗਾ ਇਹਨੂੰ, ਸਵੇਰੇ ਇਹਦੀ 6 ਕੁ ਵਜੇ ਦੀ ਚਵਾਈ ਆ, ਟਾਈਮ ਉੜਿਆ ਮਾਰ ਕੇ ਤੋਲੇ। ਠੀਕ ਆ। ਤੇ ਹੁਣ ਕੋਈ 1:30 ਦਾ ਟਾਈਮ ਹੋ ਗਿਆ ਹੁਣ, 1:11 ਹੋਏ ਆ। ਲੱਗਾ ਧਣੀਆਂ ਪਈਆਂ। ਹਾਂਜੀ ਹਾਂਜੀ, ਕੰਮ ਨਹੀਂ ਹੋਊਗਾ ਇੱਥੇ। ਠੀਕ ਆ। ਨਾ ਵਿਕਣ ਐ ਸਚਾਈ ਨਾਲ ਦੇਣਾ। ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ? ਦੁੱਧ ਵੀ ਜੀ 10 ਲੀਟਰ ਕੱਢ ਦੇ, 9 ਕਰ ਦੇ ਇੱਥੇ। ਤੋਰੋ ਫਿਰ ਇੱਕ ਰੀ ਨਾ। ਦੁੱਧ ਹੁਣ ਮੌਕੇ ਦੇ 8 ਲੀਟਰ ਹੈਗਾ ਪੱਕਾ? ਹਾਂਜੀ ਪੱਕਾ ਵੀ ਜੀ, 8 ਕਿਲੋ। ਪਹਿਲਾਂ ਸੁਬਹ ਝੋਟੀ ਦੇ ਦੁੱਧ 8 ਲੀਟਰ ਜਿਹੜਾ ਕਹਿੰਦੇ ਕਿ ਪੱਕਾ ਗਿਆ। ਠੀਕ ਹੈ। ਬਾਕੀ ਕੋਈ ਆਪਣੀ ਟਾਈਮੋ ਟਾਈਮ ਦੋ ਟਾਈਮ ਚੋਲੇ। ਇਹ ਆ ਵੀ ਕਦ ਕੱਠ ਚੰਗਾ ਵਾ ਬੱਚੇ ਇਹਨਾਂ ਦੇ, ਹੁਣ ਤੁਹਾਨੂੰ ਦਿਖਾ ਦਿੰਦੇ ਸਾਰੀਆਂ ਦੇ ਇਕੱਠੇ। ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਤਿਆਰ ਕਰ ਲੂਗੀ। ਤੇ ਇਹਦਾ ਫਿਰ ਮੁੱਲ ਵੀਰ ਜੀ? ਮੁੱਲ ਵੀਰ ਜੀ, ਝੋਟੀ ਤੇ ਚਲੋ ਮੰਦਾ ਮੁੰਦਾ ਚੱਲਣ ਡਿਆ, ਉਹਦਾ 70-80 ਹਜ਼ਾਰ ਦੀ ਵੇਚ ਦਿੰਦੇ ਭਾਵੇਂ। ਹਾਂਜੀ, ਹੁਣ ਝੋਟੀ ਜਿਹੜੀ ਹਾਂ ਨਾ ਆਉਣਾ ਵੇਚਣ ਵਾਲੀ ਗੱਲ, 65 ਹਜ਼ਾਰ ਦੀ ਦੇ ਦੇਣੀ। 65 ਹਜ਼ਾਰ ਕੱਟੀ ਬਣੇ ਟੋਪ ਦੀ ਟੀਕਾ ਟੂਕਾ ਲੱਗਾ। ਠੀਕ ਹੈ। ਤੇ 65 ਚੋਂ ਛੋਟ ਛਾਟ ਕਰਨੀ ਫਿਰ? ਛੋਟ ਛਾਟ ਕਰਦਾ। ਚਲੋ ਕੋਈ ਫੋਨ ਲਾਵੇ, ਹੈ ਨਾ, ਮੌਕੇ ਤੇ ਹੋ ਜਾਊਗੀ। ਥਣ ਦਿਖਾ ਦਈਏ ਤੇ ਕਰੀ ਆਪਾਂ ਤੁਹਾਨੂੰ ਲੱਗ ਗਏ। ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਵਾ, ਤੇ ਬਾਕੀ ਆਪਾਂ ਸਮਾ ਕੇ ਥਣ ਪ੍ਰੋਪਰ ਹੱਥ 'ਚ ਆਉਣ ਵਾਲਾ ਜਿਹੜਾ ਇਹਨੇ ਕਰ ਦੇਣਾ। ਹਾਂਜੀ ਹਾਂਜੀ। ਤੇ ਕੱਦ ਕਾਠ ਵੀ ਪਹਿਲਾਂ ਦੇ ਹਿਸਾਬ ਨਾਲ ਠੀਕ ਆ, ਤੇ ਬੋਡੀ ਵੇਟ ਵੀ ਠੀਕ ਆ। ਤੇ ਹੁਣ ਗਾਵਾਂ ਜਿਹੜੀਆਂ ਦੋ ਤੁਹਾਨੂੰ ਦਿਖਾਉਣੀਆਂ ਵਾ। ਠੀਕ ਆ। ਮਗਰ ਇਹਦੀ ਵੱਛੀ ਆ। ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਏ 10 ਕੁ ਦਿਨ। ਤੇ ਦੁੱਧ ਕਿੰਨਾ ਚਿਰ ਕੋਲ? ਦੁੱਧ ਇਹਦੇ ਕੋਲ 9 ਕਿਲੋ ਹੈਗਾ ਪੱਕਾ ਦੁੱਧ। ਹਾਂਜੀ ਹਾਂਜੀ, ਪੱਕਾ 9 ਕਿਲੋ। ਕਿੰਨਾ ਕੁ ਚਵਾਈ ਜਾਊਗੀ? ਇੱਕੋ 10 ਕਰ ਦੀ, 11 ਕਰ ਦੀ, 12 ਕਰ ਦੀ, ਹੁਣ ਉਹ ਸੇਵਾ ਦੇ ਅਗਲੇ ਦੀ, ਹੈ ਨਾ? ਤੋਰੋ ਹਾਂ ਫਿਰ ਇੱਕ ਰੀ ਨੂੰ। ਇਹ ਸੇਵਾ ਦੇ ਡਿਪੈਂਡ ਆ। ਹਾਂਜੀ। ਪਰ ਵਸ਼ੀ ਠੰਡੀ ਬਹੁਤ ਆ। ਬਾਕੀ ਫਿਕਸ ਜਿਹਾ ਹਵਾਨਾ ਜਿਹੜਾ ਇਹਦਾ, ਤੇ ਹੈਗੀ ਵੀ ਕ੍ਰੋਸ 'ਚ ਆ, ਦੋਵੇਂ ਜਰਸੀ ਕ੍ਰੋਸ ਇੱਕੋ ਜਿਹੀਆਂ ਹੀ ਆ ਦੋਵੇਂ। ਠੀਕ ਆ। ਤੇ ਇਹਦਾ ਫਿਰ ਮੁੱਲ? ਮੁੱਲ ਵੀਰ ਜੀ, ਕਰਨ ਬਾਅਦ 35 ਹਜ਼ਾਰ ਕਹੀ ਹੈ ਜੀ। ਹਾਂਜੀ, ਦੋ ਛੱਡ ਦਾਂਗੇ ਤੇ 33 ਹਜ਼ਾਰ ਦੇ ਦਾਂਗੇ। 33 ਹਜ਼ਾਰ ਦੀ ਹੋਰ ਛੱਡ ਦਾਂਗੇ ਯਾਰ। ਚਲੋ ਬਾਕੀ ਕੋਈ ਫੋਨ ਲਾਵੇ ਮੌਕੇ ਤੇ, ਦੇ ਦਾਂਗੇ ਵਿੱਚ ਛੋਟ ਛੱਡ ਕਰ ਦਾਂਗੇ ਮੌਕੇ ਤੇ, ਮਾਨਤਾ ਨਾ ਹੋ ਜਾਊ ਮੌਕੇ। ਬਿਲਕੁਲ ਛੋਟੇ ਛੋਟੇ ਭਾਵ ਆ। ਠੀਕ ਹੈ।
ਤੇ ਹੁਣ ਕਾ ਜਿਹੜੀ ਆ ਠੀਕ ਆ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ 8 ਕਿਲੋ ਦੁੱਧ ਹੈਗਾ ਪੱਕਾ ਦੁੱਧ ਹਾਂ ਜੀ ਪੱਕਾ ਤੇ ਇਹ ਕਿੰਨਾ ਚ ਆਈ ਜਾਊਗੀ ਇਹ ਵੀ ਜੀ ਬਹੁਤਾਂ ਜੀ 9 ਕਰ ਜੀ 10 ਕਰ ਜੀ ਇਹਨਾਂ ਕਰਦੇ ਤੋਰ ਦੋ ਫਿਰ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਪਹਿਲਾਂ ਚਾਰ ਦੰਦ ਦੇ ਜੀ ਤੇ ਦੰਦ ਵੀ ਤੇ ਤੁਹਾਨੂੰ ਦਿਖਾ ਦਿੰਨੇ ਆ ਦਿਖਾ ਦਈਏ ਦੰਦ ਵਿਧੀਆ ਤੇ ਨੱਕ ਤਾਂ ਕੁਛ ਰਹਿ ਗਿਆ ਛਿੱਗੀ ਹੋ ਗਈ ਜੀ ਛਿੱਗੀ ਆ ਛਿੱਗੀ ਦੇ ਜਿਹੜੇ ਦਹੀ ਆ ਬਰਾਬਰ ਕਰਨ ਆ ਦੇਖਣ ਕਿੰਨੇ ਕਿ ਦੰਦ ਜੀ ਠੀਕ ਹੈ ਅਜੇ ਅੱਧੇ ਕੋ ਹੋਏ ਛਿੱਗੀ ਦੇ ਅੱਠ ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਬਾਕੀ ਦੁਪਹਿਰ ਦਾ ਟਾਈਮ ਆ ਕੋਈ ਵੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਆ ਆਪਾਂ ਬਾਕੀ ਥਾਣੇ ਦੇ ਵੀ ਪ੍ਰੋਪਰ ਹੱਥ 'ਚ ਆਉਣ ਵਾਲੇ ਆ ਇੱਕ ਵਾਰੀ ਬੱਚੇ ਤੁਹਾਨੂੰ ਸਾਰੀਆਂ ਦੇ ਦਿਖਾ ਦਈਏ ਇਕੱਠੀ ਆਹ ਜਿਹੜੀ ਪਹਿਲਾਂ ਝੋਟੀ ਦੀ ਕੱਟੀ ਆ ਕੱਟੀ ਵੀ ਮਗਰ ਚੰਗੀ ਆ ਤੇ ਆਹ ਜਿਹੜੀ ਤੁਹਾਨੂੰ ਗਾਂ ਪਹਿਲਾਂ ਦਿਖਾਈ ਦੂਸਰੇ ਵਾਰ ਨੰਬਰ ਦੂਸਰੇ ਸੂਬੇ ਵਾਲੀ ਦੀ ਵੱਛੀ ਆ ਵਾ ਉਹ ਵੀ ਵੱਛੀ ਜੇ ਉਹ ਵੀ ਵੱਛੀ ਸਾਰੀਆਂ ਕੱਟੀਆਂ ਵੱਛੀਆਂ ਹੀ ਆ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖ ਦਈਏ ਵੀਰ ਜੀ ਮੁੱਲ ਇਹਦਾ 30,000 ਹੈ ਵੀਰ ਜੀ ਕਰਨ ਕਰੀਏ ਅੱਛਾ 26,000 ਦੀ ਦੇ ਦਊਗੇ ਪੂਰੇ ਦੇ ਦਾਂਗੇ ਯਾਰ 25 ਦੀ ਅੱਛਾ 25,000 ਦੀ ਦੇ ਦਊ ਜਰ ਵਸ਼ੀ ਆ ਚੰਗੀ ਜਿੰਨੇ ਲੈਣੀ ਆ ਵਧੀਆ ਠੰਡੀ ਹੋਊਗੀ ਠੀਕ ਆ ਜੀ ਕਰਮ ਕੋਈ ਨਗਨ ਹੋਊਗਾ ਠੀਕ ਆ ਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਬਸ ਵੀਰ ਜੀ ਮੇਰੇ ਮੈਂ ਬਾਕੀ ਨਾ ਵੀਰ ਜੀ ਚਲੋ ਮੈਂ ਵੀਡੀਓ ਵੇਖਦਾ ਰਹਿਣਾ ਵਾ ਹਾਂਜੀ ਜਿਹੜੀ ਗਾਂ ਦੀ ਵੀਡੀਓ ਵੇਖਣਾ ਐ ਤਣੀਆਂ ਹੁੰਦੀਆਂ ਪਛਮਾ ਲੱਗਾ ਹੁੰਦਾ ਥੱਲੇ ਹੋਈਆਂ ਨੇ ਹਾਂਜੀ ਕੋਈ ਗਾਂ ਥੋੜਾ ਇਦਾਂ ਹੁੰਦੀ ਯਾਰ ਹਾਂਜੀ ਘੱਟੋ ਘੱਟ ਖਾਣ ਤੇ ਢਿੱਲੇ ਹੋਣ ਡੰਗਰ ਦੇ ਹਾਂਜੀ ਹਾਂਜੀ ਜਦੋਂ ਪਛਮਾ ਆਇਆ ਫਿਰ ਡੰਗਰ ਖਾਣ ਕੱਢਦਾ ਵਾ ਹਾਂਜੀ ਹਾਂਜੀ ਤਾਂ ਪਹਿਲਾਂ ਹੀ ਜਦੋਂ ਚੋੜੀਆਂ ਨੇ ਫਿਰ ਆਪੇ ਵਿਕਦੀਆਂ ਜਦੋਂ ਮੈਂ ਇਹਨੂੰ ਨਾ ਸਵੇਰੇ ਚਾਹੂੰਗਾ ਹਾਂਜੀ ਇਸ ਲਈ 11-12 ਕਿਲੋ ਦੁੱਧ ਕਹਿ ਦੂੰਗਾ ਤੇ ਮੁੱਲ ਜਾਊਗਾ 32,000 ਆਪੇ ਕਿਸੇ ਨੇ ਲੈ ਲੈਣੀ ਹਾਂਜੀ ਹਾਂਜੀ ਝੂਠ ਦਾ ਮੁੱਲ ਹੈ ਵੀ ਚਲੋ ਬਾਕੀ ਇਹ ਆ ਵੀ ਸੋਈਆਂ ਸਵਾਈਆਂ ਵਾ ਕੋਈ ਵੀਰ ਆਪਣੀ ਕੋਈ ਇੱਥੇ ਆ ਕੇ ਚਵਾਈ ਕਰਕੇ ਨਾ ਆਪਣੀ ਤਸੱਲੀ ਕਰਕੇ ਲੈ ਜੇ ਬਾ ਦੂਜਾ ਜਦੋਂ ਮੈਂ ਕਹਿਤਾ ਨਾ ਥੱਲੇ 9 ਕਿਲੋ ਦੁੱਧ ਆ ਤੇ ਕਿਸੇ ਨੇ ਕਹਣਾ 32,000 ਰੁਪਇਆ ਤੇ ਜੇ ਕਿਸੇ ਨੂੰ ਕਹਦਾ ਮੈਂ 12 ਕਿਲੋ ਕਿਸੇ ਨੇ ਉੱਟ ਕੇ ਪਾਣਾ ਹਾਂਜੀ ਹਾਂਜੀ ਦੋ ਤਿੰਨ ਕਿਲੋ ਨਾਲ ਫਰਕ ਕੋਈ ਨਹੀਂ ਪੈਂਦਾ ਪਰ ਝੂਠ ਝੂਠ ਹੀ ਹੁੰਦਾ ਆਹ ਬਾਕੀ ਗੱਲ ਤੇ ਫਿਰ ਉੱਥੇ ਹੀ ਆਉਣੀ ਆ ਹਾਂਜੀ ਹਾਂਜੀ ਨਿਕਲਣਾ ਫਿਰ 9 ਕਿਲੋ ਠੀਕ ਹੈ ਜੀ ਠੀਕ ਹੈ ਵੀ ਜੀ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਤੁਹਾਡੇ ਸਾਹਮਣੇ ਝੋਟੀ ਬਹੁਤ